ਸਿੱਧੂ ਮੂਸੇਵਾਲਾ ਕਤਲਕਾਰ ਨੂੰ ਲੈ ਕੇ ਕਿ ਲਗਾਤਾਰ ਹੋਂ ਤੱਕ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੇ ਕੰਮ ਕੀਤੇ ਜਾ ਰਹੇ ਨੇ ਪਰ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਹਾਸਲ ਹੋਈ ਹੈ ਜਦੋਂ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾਉਣ ਵਾਲੇ ਦੋ ਸ਼ੂਟਰਾਂ ਨੂੰ ਕਾਬੂ ਕਰ ਲਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਹੋਇਆ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਲੋੜੀਂਦੀ ਸੀ ਪੰਜਾਬ ਪੁਲਿਸ ਆਪਣੇ ਤਰੀਕੇ ਨਾਲ ਲੱਗੀ ਰਹੀ ਪਰ ਮੋਰਚਾ ਦਿੱਲੀ ਦੀ ਸਪੈਸ਼ਲ ਬ੍ਰਾਂਚ ਨੇ ਹਸਲ ਕੀਤਾ ਉਹਨਾਂ ਦੇ ਸੀਨੀਅਰ ਕਮਿਸ਼ਨਰ ਨੇ ਐਚਜੀ 47 ਢਾਲੀਵਾਲ ਸਾਹਿਬ ਕੁਝ ਗੱਲਾਂ ਉਹੀ ਨੇ ਕਿ ਆ ਕੇਕੜਾ ਸੀ ਜਿਹੜਾ ਇਹ 골ਡੀ ਬ੍ਰਾਡ ਦੇ ਸੰਪਰਕ ਸੀ ਤੇ ਹੁਣ ਗੱਲ ਕਲੀਅਰ ਹੋ ਗਈ ਹੈ ਕਿ ਸਿੱਧੂ ਮੂਸੇ ਵਾਲੇ ਨੂੰ ਮਰਵਾਉਣ ਵਾਲਾ ਕੇਕੜਾ ਹੀ ਸੀ ਢਾਲੀਵਾਲ ਸਾਹਿਬ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਤਿੰਨ ਘਟਨਾਵਾਂ ਵਾਪਰੀਆਂ ਜਿਹੜਾ ਵਿੱਕੀ ਮਿੱਡੂ ਖੇੜਾ ਉਹਦੇ ਸ਼ਾਰਪ ਸ਼ੂਟਰ ਵੀ ਦਿੱਲੀ ਦੇ ਸਪੈਸ਼ਲ ਸੈਲ ਨੇ ਫੜੇ ਸੰਦੀਪ ਅੰਬੀਆਂ ਦੰਗਲ ਦਾ ਕਤਲ ਹੋਇਆ ਉਹ ਸ਼ਾਰਪ ਸ਼ੂਟਰ ਵੀ ਦਿੱਲੀ ਪੁਲਿਸ ਨੇ ਫੜੇ ਤੇ ਪੰਜਾਬ ਦੀ ਪੁਲਿਸ ਕਾਦੇ ਵਾਸਤੇ ਰੱਖੀ ਵੀ ਆ ਫਿਰ ਇਹ ਬਿਨਾ ਮਤਲਬ ਤੋਂ ਚੱਡੇ ਪਾੜੀ ਜਾਂਦੀਆਂ ਲੋਕਾਂ ਦੀ ਪ੍ਰੇਮੰਤ ਫੌਜੀ ਕੇਸ਼ਵ ਤਿਕਸ਼ਸ਼ ਇਹ ਅੰਜ ਇਹ ਕੱਲ ਫੜ ਲੈਨੇ ਉਹਨਾਂ ਨੇ ਗੁਜਰਾਤ ਦੀ ਇੱਕ ਮਦਰਾਪੋਰਟ ਉਹਦੇ ਬਿਲਕੁਲ ਨੇੜੇ ਇੱਕ ਮਕਾਨ ਦੇ ਵਿੱਚ ਰਹਿ ਰਹੇ ਸੀ ਇਹ ਹਥਿਆਰਾਂ ਦਾ ਜ਼ਖੀਰਾ ਜਿਹਦੇ ਵਿੱਚ ਗ੍ਰਨੇਡ ਵੀ ਸ਼ਾਮਿਲ ਨੇ AK47 ਵੀ ਸ਼ਾਮਿਲ ਹੈ ਹਲੇ ਇਹ ਨਹੀਂ ਪਤਾ ਲੱਗਿਆ ਕਿ AK47 ਇਹਨਾਂ ਨੇ ਲਿਆਂਦੀ ਕਿੱਥੋਂ ਸੀ ਉਸ ਵੇਲੇ ਕੋਈ AK74 ਦੀ ਗੱਲ ਕਰਦਾ ਸੀ ਜਾਂ AN94 ਦੀ ਗੱਲ ਕਰਦਾ ਸੀ ਇੱਥੇ ਸਭ ਹਵਾ ਤੇ ਤਲਵਾਰਾਂ ਰਸੀ ਗਈ ਜਿਵੇਂ ਜਦੋਂ ਭਾਖੜਾ ਨਹਿਰ ਕੱਢੀ ਗਈ ਸੀ ਤਾਂ ਕਾਮਰੇਡਾ ਨੇ ਇੱਕ ਨਾਰਾ ਦਿੱਤਾ ਕਿ ਭਾਖੜਾ ਨਹਿਰ ਕੱਢ ਲਈ ਪਾਣੀ ਫੋਕਾ ਇੱਥੇ ਲਿਆਂਦਾ ਵਿੱਚ ਬਿਜਲੀ ਕੱਢ ਲਈ ਤੇ ਜਿਹੜੀ ਇਹ ਦਿੱਲੀ ਦਾ ਸਪੈਸ਼ਲ ਸੈੱਲ ਹੈ ਇਹਨਾਂ ਨੇ ਵੀ ਉਹੀ ਕੀਤਾ ਲਾਰੈਂਸ ਬੁਸ਼ਰੋਈ ਨੂੰ ਪੰਜਾਬ ਵਾਲੇ ਲਿਆਏ ਸਾਰਾ ਕੁਝ ਜਿਹੜਾ ਚੋਂਦਾ ਚੋਂਦਾ ਉਹਦੇ ਵਿੱਚ ਸੀ ਉਹ ਸਾਰਾ ਕੱਢ ਕੇ ਵੇਗੀ ਧਿਲੋ ਜੀ ਐਡਵੋਕੇਟ ਧਾਮੀ ਨੇ ਕਾਬਲ ਚ ਅਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪਾਇ ਸੁਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਨਖੇਦੀ ਵੀ ਕੀਤੀ ਹੈ ਨਾਲ ਭਾਰਤ ਸਰਕਾਰ ਨੂੰ ਆਖਿਆ ਕਿ ਜਿਹੜੇ ਲੋਕ ਉੱਥੇ ਰਹਿ ਗਏ ਹਾਲਾਂਕਿ ਭਾਰਤ ਸਰਕਾਰ ਨੇ 100 ਬੰਦਿਆਂ ਨੂੰ ਈ-ਵੀਜ਼ਾ ਸ਼ੁਰੂ ਕਰਤਾ ਹੈ ਜਿਹੜਾ ਕੋਈ ਬਾਕੀ ਵੀ ਰਹੇਗਾ ਉਹਨਾਂ ਸਾਰਿਆਂ ਨੂੰ ਸੁਰੱਖਿਤ ਭਾਰਤ ਦੀ ਧਰਤੀ ਤੇ ਤੁਰੰਤ ਲਿਆਂਦਾ ਜਾਵੇ ਤਾਂ ਜੋ ਹੋਰ ਕੋਈ ਜਾਨੀ ਨੁਕਸਾਨ ਨਾ ਨੋ ਸੋ ਕੁਬੀਰ ਸਿੰਘ ਬਾਦਲ ਪਹੁੰਚੇ ਜਿਸ ਦੌਰਾਨ ਉਹਨਾਂ ਨੇ ਬੀਬੀ ਕਮਲਦੀਪ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਉੱਥੇ ਹੀ ਆਮ ਆਦਮੀ ਪਾਰਟੀ ਤੇ ਵੀ ਵੱਡੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਕੋਈ ਵੀ ਕੰਮ ਨਹੀਂ ਕੀਤਾ ਕਾਨੂੰਨ ਵਿਵਸਥਾ ਵੀ ਫੇਲ ਹੋ ਚੁੱਕੀ ਹੈ ਇਸ ਤਰੀਕੇ ਦੇ ਵੱਡੇ ਇਲਜ਼ਾਮ ਲਗਾਏ ਦੂਜਿਆਂ ਨੂੰ ਕਹਿਣਾ ਬਹੁਤ ਸੌਖਾ ਹੈ ਪਰ ਬਾਦਲ ਸਾਹਿਬ ਥੋੜੇ ਤਾਂ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਚੋਰੀ ਹੋ ਗਏ ਸੀ ਅਜੇ ਤੱਕ ਉਹਨਾਂ ਦਾ ਕਿਸ ਕਿਸੇ ਪਾਸੇ ਨਹੀਂ ਲੱਗਿਆ ਸਤਿ ਸ਼੍ਰੀ ਅਕਾਲ ਮੈਂ ਰਿੰਨਾ ਤਿਮਾਨ ਤੁਸ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਆ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਜਿਸ ਦੇ ਵਿੱਚ ਦਿੱਲੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦ ਹੋਏ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਨ੍ਹਾਂ ਸ਼ੂਟਰਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਤੇ ਗੋਲੀਆਂ ਚਲਾਈਆਂ ਗਈਆਂ ਸੀ ਇਸ ਮੁੱਦੇ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਖੂਬ ਭਖਿਆ ਹੋਇਆ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਇਸ ਮੌਕੇ ਦੇ ਉੱਤੇ ਵਿਰੋਧੀ ਪਾਰਟੀਆਂ ਤੇ ਤਾਂ ਅਜ ਕਸਨ ਦਾ سلسلہ ਵੀ ਲਗਾਤਾਰ ਚੱਲ ਰਿਹਾ ਹੈ ਇਸ ਮੁੱਦੇ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਐਡਵੋਕੇਟ ਧਾਮੀ ਨੂੰ ਲੈ ਕੇ ਕਿ ਐਡਵੋਕੇਟ ਧਾਮੀ ਨੇ ਕਾਬੂਜ ਅਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਸਤਵਿੰਦਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿੰਨਾਂ ਤੇ ਗੱਲਬਾਤ ਕਰਾਂਗੇ ਇਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿਲੋ ਜੀ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿ ਕੱਲ ਅੰਤਰਰਾਸ਼ਟਰੀ ਯੋਗਾ ਦਿਵਸ ਆ ਜਿਹਦੇ ਚੱਲਦੇ ਇੱਕ ਦਿਨ ਦੀ ਛੁੱਟੀ ਵੀ ਰੱਦ ਕੀਤੀ ਗਈ ਆ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਪਿਛਲੇ ਲਗਭਗ ਡੇਢ ਦਹਾਕੇ ਤੋਂ ਇਹ ਯੋਗਦੈਸ ਕਾਫੀ ਮਹੱਤਵਪੂਰਨ ਹੋਇਆ ਹੈ ਅਸਲ ਦੇ ਵਿੱਚ ਜਦੋਂ ਤੋਂ ਮਨੁੱਖ ਨੇ ਹੱਥੀ ਕੰਮ ਕਰਨਾ ਛੱਡਤਾ ਉਹ ਸਿਰਫ ਤੇ ਸਿਰਫ ਮਾਨਸਿਕ ਤਣਾਅ ਦੇ ਹੇਠਾਂ ਆ ਗਿਆ ਉਸ ਤੋਂ ਬਾਅਦ ਇਹ ਯੋਗ ਹੋਣ ਦੇ ਵਿੱਚ ਆਇਆ ਹੈ ਭਾਵੇਂ ਜਦੋਂ ਮਸ਼ੀਨੀ ਯੁੱਗ ਭਾਰੂ ਹੋ ਗਿਆ ਉਹ ਮਸ਼ੀਨੀ ਚੁੱਕ ਤੋਂ ਜャ ਅਸੀਂ ਬੈਠਣ ਦੀ ਜਾਦਾ ਆਪਣੇ ਆਪ ਤਰਜੀਹ ਦਿੱਤੀ ਔਰ ਸਰੀਰਕ ਕਸ਼ਟ ਖਤਮ ਕਰ ਦਿੱਤੇ ਫਿਰ ਇਹ ਬਦਲਮਾ ਰੂਪੀਕ ਯੋਗ ਆਇਆ ਕਿ ਜੇ ਤੁਸੀਂ ਯੋਗ ਅੱਧਾ ਘੰਟਾ ਕਰ ਲਵੋ ਇਹਦੇ ਨਾਲ ਤੁਹਾਡਾ ਮਾਨਸਿਕ ਤਣਾਅ ਵੀ ਘਟਦਾ ਹੈ ਤੇ ਕਈ ਬਿਮਾਰੀਆਂ ਤੋਂ ਦੂਰੀ ਵੀ ਬਣਦੀ ਹੈ ਖਾਸ ਕਰ ਸ਼ਕਰ ਰੋਗ ਜਿਹਨੂੰ ਸ਼ੂਗਰ ਕਹਿੰਦੇ ਆ ਤਣਾਵ ਵਾਲੀ ਸਥਿਤੀ ਹਿਰਦੇ ਰੋਗ ਜਿਹਨੂੰ ਅਸੀਂ ਹਾਰਟ ਟੈਕ ਕਹਿੰਦੇ ਆ ਕਈ ਹੋਰ ਜਿਨ੍ਹਾਂ ਦਾ ਜਦੋਂ ਤੋਂ ਨਰਿੰਦਰ ਮੋਦੀ ਸਾਹਿਬ ਨੇ 14 ਦੇ ਵਿੱਚ ਸਤਾ ਸੁਭਾਦੀ ਉਹਨਾਂ ਨੇ ਵੀ ਯੋਗ ਨੂੰ ਕਾਫੀ ਪ੍ਰਮੁਖਤ ਦੇਤੀ ਉਹ ਇਸ ਦਿਨ ਦੇ ਉੱਤੇ ਖੁਦ ਯੋਗ ਦੇ ਵਿੱਚ ਸ਼ਾਮਲ ਹੁੰਦੇ ਨੇ ਇੱਕ ਵਾਰ ਚੰਡੀਗੜ੍ਹ ਹੋਇਆ ਸੀ ਤਾਂ ਇੱਥੇ ਵੀ ਆਏ ਸੀ ਐਸੇ ਵਾਰ ਪਤਾ ਲੱਗਾ ਕਿ ਮੈਸੂਰ ਪੈਲਸ ਦੇ ਵਿੱਚ ਇਹ ਕਰਵਾਇਆ ਜਾ ਰਿਹਾ ਹੈ ਸ਼ਾਇਦ ਗੁਰੂਗ੍ਰਾਮ ਦੇ ਵਿੱਚ ਹੈ ਇਹਦੇ ਬਾਰੇ ਜਿੰਨੀ ਕਿ ਮੇਰੀ ਜਾਣਕਾਰੀ ਹੈ ਗਲਤ ਵੀ ਹੋ ਸਕਦੀ ਹੈ ਲੇਕਿਨ ਉਹਦੇ ਵਿੱਚ ਉਹ ਕੱਲ ਖੁਦ ਸ਼مولیت ਕਰਨ ਵਾਸਤੇ ਜਾ ਰਹੇ ਨੇ ਇਹ ਜਿਹੜਾ ਯੋਗ ਦਾ ਸਮਾਂ ਹੁੰਦਾ ਹੈ ਸਮੇਂ ਦੇ ਵਿੱਚ ਲੋਕ ਬੱਕ ਬੱਕ ਪਿੰਡਾਂ ਸ਼ਹਿਰਾਂ মেট্রোপੋਲਟਨ ਜਿਹੜੇ ਖੇਤਰ ਨੇ মেট্রੋਪੋਲਟਨ ਖੇਤਰ ਉਹਨਾਂ ਦੇ ਵਿੱਚ ਵੀ ਐਨ ਸੀ ਆਰ ਨੈਸ਼ਨਲ ਕੈਪੀਟਲ ਰੀਜਨ ਸਾਰੇ ਥਾਮਾ ਦੇ ਉੱਤੇ ਇੱਕੋ ਸਮੇਂ ਦੇ ਉੱਤੇ ਹੀ ਯੋਗ ਕੀਤਾ ਜਾਂਦਾ ਹੈ ਤੁਸੀਂ ਇੱਕ ਸਵਾਲ ਪੁੱਛਿਆ ਰੀਨਾ ਕਿ ਕੱਲ ਨੂੰ ਪੰਜਾਬ ਵਿੱਚ ਸਕੂਲਾਂ ਦੇ ਅਧਿਆਪਕਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਪੰਜਾਬ ਵਿੱਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਆਖਿਆ ਇਹ ਗਿਆ ਹੈ ਕਿ ਜਿਹੜੇ ਅਧਿਆਪਕ ਦੂਰ ਦਰਾਡੇ ਗਏ ਹੋਏ ਨੇ ਉਹ ਡਿਜੀਟਲ ਸਿਸਟਮ ਰਾਹੀਂ ਇਸ ਯੋਗਾ ਦਿਨ ਸਮਾਗਮ ਵਿੱਚ ਆਪਣੇ ਸਕੂਲ 'ਚ ਜੁੜ ਸਕਦੇ ਆ। ਵੀਡੀਓ ਰਹੀ ਕਿਉਂਕਿ ਅੱਜ ਕੱਲ ਇਹ ਸਕੀਮ ਉਪਲਬਧ ਹੈ। ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਇਹ ਯੋਗ ਦੀਆਂ ਜਿਹੜੀਆਂ ਕਲਾਸਾਂ ਨੇ ਉਹ ਸਿੱਧੇ ਰੂਪ 'ਚ ਵੀ ਲੱਗਣਗੀਆਂ। ਪ੍ਰਧਾਨ ਮੰਤਰੀ ਸਾਹਿਬ ਦਾ ਪ੍ਰਸਾਰਣ ਹਰ ਖੇਤਰ ਦੇ ਵਿੱਚ ਦਿਖਾਇਆ ਜਾਵੇਗਾ। ਭਾਬ ਇਹ ਜਿਹੜਾ RAMDEB ਹੋਇਆ ਹੈ ਇਹ ਯੋਗ ਦੇ ਬੇਸ ਦੇ ਉੱਤੇ ਕਿੰਨੀਆਂ ਹੀ ਦਵਾਈਆਂ ਦੂਗੀਆਂ ਵੇਚ ਗਿਆ ਆਪ ਦੀਆਂ ਤੇ ਯਾਦ ਹੋਵੇਗਾ ਇੱਕ ਵਾਰੀ ਇਹ ਦਿੱਲੀ ਦੇ ਇੱਕ ਸਮਾਗਮ ਦੇ ਵਿੱਚ ਸਲਵਾਰ ਪਾ ਕੇ ਭੱਜਿਆ ਸੀ ਆਪਣੇ ਆਪ ਨੂੰ ਭਲੇਖਾ ਦੇਉ ਸਥਿਤੀ ਦੇ ਵਿੱਚ ਉਦੋਂ ਕਾਂਗਰਸ ਦਾ ਰਾਜ ਸੀ ਡਾਕਟਰ ਮਨਮੋਹਨ ਸਿੰਘ ਦਾ ਔਰਤਾਂ ਦੇ ਝੁੰਡ ਦੇ ਵਿੱਚ ਦੀ ਲੰਘਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਅੱਖ ਤੋਂ ਬਚ ਨਾ ਸਕੇ ਫੜ ਲਿਆ ਸੀ। ਯੋਗ ਦੇ ਵਿੱਚ ਇਹਨੇ ਕਾਫੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਉਹਦੀ ਆੜ ਦੇ ਵਿੱਚ ਦਵਾਈਆਂ ਵੀ ਬਹੁਤ ਵੇਚੀਆਂ ਨੇ ਆਪਦੀਆਂ। ਅੱਜ ਕੱਲ੍ਹ ਯੋਗ ਗੁਰੂ ਘਟ ਹੈ ਦਵਾਈ ਗੁਰੂ ਜ਼ਿਆਦਾ ਹੈ। ਵਪਾਰੀ ਗੁਰੂ ਜ਼ਿਆਦਾ ਹੈ। ਸੋ ਇੱਕ ਤਾਂ ਇਹ ਹੈ ਕਿ ਕੱਲ ਨੂੰ ਯੋਗ ਦੇਵ ਸਾਹਿਬ ਯੋਗ ਦੇਵਸ ਦੇ ਉੱਤੇ ਆਪਾਂ ਸਾਰੇ ਆਪਣੇ ਆਪ ਨੂੰ ਰੋਗ ਰੱਖਣ ਦੇ ਲਈ ਇਹ ਪਿਛਲੀ ਰਿਸ਼ੀਆਂ ਮੁਨੀਆਂ ਵਾਲੀ ਵਿਧੀ ਹੈ ਇਹਨੂੰ ਅਪਣਾਉਣਾ ਚਾਹੀਦਾ ਹੈ ਇੱਕ ਸਮਾਂ ਹੁੰਦਾ ਸੀ ਜਦੋਂ ਅਸੀਂ ਕੁਦਰਤ ਦੇ ਨਾਲ ਜੁੜੇ ਹੁੰਦੇ ਸੀ ਖਾਸ ਕਰ ਪਿੰਡਾਂ ਵਾਲੇ ਲੋਕ ਸ਼ਹਿਰੀ ਵੀ ਉਦੋਂ ਘਰਾਂ ਦੇ ਵਿੱਚ ਇਹ ਫਲਸ਼ਾ ਨਹੀਂ ਸੀ ਹੁੰਦੀਆਂ ਸ਼ਹਿਰੀ ਲੋਕ ਵੀ ਸ਼ਹਿਰ ਤੋਂ ਬਾਹਰ ਕਿਲੋ 2 ਕਿਲੋਮੀਟਰ ਦੂਰ ਜਾ ਕੇ ਟਾਇਲਟ ਜਾਂਦੇ ਤੁਰਕੇ ਜਾਂਦੇ ਤੁਰਕੇ ਆਉਂਦੇ ਢਾਈ ਤਿੰਨ ਕਿਲੋਮੀਟਰ ਦੀ ਸੈਰ ਹੋ ਜਾਂਦੀ ਤੇ ਅੱਜ ਜੇ ਇਹ ਲੋਕ ਫਲੱਸ਼ ਤੱਕ ਵੀ ਸੜਕ ਬਣੀ ਹੋਵੇ ਤਾਂ ਅੱਛਾ ਤੁਰ ਕੇ ਨਾ ਜਾਣ ਘਰ ਦੇ ਵਿੱਚ ਵੀ ਕਿਸੇ ਵਾਹਨ ਤੇ ਚੜ ਕੇ ਜਾਣ ਪਾਬ ਜਿੰਨਾ ਅਸੀਂ ਕੁਦਰਤ ਤੋਂ ਦੂਰ ਹੋਏ ਆ ਉਹ ਨਹੀਂ ਰੋਗ ਸਾਨੂੰ ਚਿੰਬੜੇ ਨੇ ਜੇਕਰ ਅਸੀਂ ਪੁਰਾਣੀ ਚੀਜ਼ ਅਪਣਾ ਲਈਏ ਖਾਸ ਕਰ ਪਿੰਡਾਂ ਵਾਲੇ ਭਾਵੇਂ ਔਰਤਾਂ ਸੀ ਭਾਵੇਂ ਮਰਦ ਸੀ ਜੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਖੇਤਾਂ ਦੇ ਵਿੱਚ ਖਾਸ ਕਰਕੇ ਆਪਣੇ ਖੇਤ ਵੀ ਗਿੜਾ ਮਾਰਨਾ ਹੁੰਦਾ ਇੱਕ ਪੰਥ ਧੋ ਕਾ ਜ ਨਾਲੇ ਤਾਂ ਟਾਇਲਟ ਜਾਇ ਆਉਂਦੇ ਨਾਲੇ ਖੇਤ ਦਾ ਗਿੜਾ ਮਾਰੇ ਆਉਂਦੇ ਉਸ ਤੋਂ ਬਾਅਦ ਨਹਾਉਣਾ ਨਲਕੇ ਚੋਂ ਪਾਣੀ ਢੇੜ ਕੇ ਕੱਢਣਾ ਇੱਕ ਪ੍ਰੈਕਟਿਸ ਸਕੂਲ ਜਾਣਾ ਕਾਲਜ ਜਾਣਾ ਕਿਤੇ ਹੋਰ ਜਾਣਾ ਸਾਈਕਲ ਤੇ ਜਾਣਾ ਬਰਜਿਸ਼ ਔਰ ਕਈ ਵਾਰੀ ਆਟਾ ਪਿਹਾਉਣ ਜਾਣਾ ਕੁਝ ਹੋਰ ਕੰਮ ਕਰਨੇ ਸਾਬੀ ਸਾਈਕਲ ਤੇ ਚੜ ਕੇ ਜਾਣਾ ਜਿਹੜਾ ਅੱਜ ਕੱਲ ਸਾਈਕਲ ਲੋਕਾਂ ਦੇ ਵੱਸਦਾ ਨਹੀਂ ਰਿਹਾ ਪਰ ਹੁਣ ਬਹੁਤ ਸਾਰੇ ਲੋਕ ਜਿਹੜੇ ਸਿਹਤ ਪ੍ਰਤੀ ਚੁਕੰਨੇ ਹੋਏ ਨੇ ਉਹ ਗਰੁੱਪਾਂ ਦੇ ਗਰੁੱਪ ਬਣਾ ਕੇ ਸਵੇਰ ਵੇਲੇ ਸਾਈਕਲਾਂ ਤੇ ਜਾਂਦੇ ਨੇ ਦੂਰ ਦੂਰ ਤੱਕ ਵੀ ਜਾਂਦੇ ਨੇ ਕਈ ਸਾਡੇ ਇਹੋ ਜਿਹੇ ਮਿੱਤਰ ਨੇ ਇੱਥੇ ਸਿਹਤ ਵਿਭਾਗ ਦੇ ਵਿੱਚੋਂ ਰਿਟਾਇਰ ਹੋਏ ਨੇ ਸਰਦਾਰ ਭਵਜੀਤ ਸਿੰਘ ਸਿੱਧੂ ਉਹ ਪਟਿਆਲੇ ਤੋਂ ਚੱਲ ਕੇ ਬਠਿੰਡੇ 160 ਕਿਲੋਮੀਟਰ ਜਾ ਕੇ ਸ਼ਾਮ ਨੂੰ ਵਾਪਸ ਆ ਗਏ ਸੀ ਸਾਈਕਲ ਤੇ ਇਸ ਤਰ੍ਹਾਂ ਦੇ ਜਿਨ੍ਹਾਂ ਲੋਕਾਂ ਦੇ ਵਿੱਚ ਬਹੁਤ ਭਾਰੀ ਇਹ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਉਹ ਸਮਰਪਤ ਨੇ ਔਰ ਜਨੂਨ ਆ ਉਹਨਾਂ 'ਚ ਉਹ ਲੋਕ ਅੱਜ ਵੀ ਇਹਨਾਂ ਕੰਮਾਂ ਨੂੰ ਕਰਦੇ ਆ ਜੀ ਜੀ ਇਸ ਨਾਲ ਹੀ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲਾ ਕਤਲਕਾਨ ਨੂੰ ਲੈ ਕੇ ਕਿ ਲਗਾਤਾਰ ਹੋਂ ਤੱਕ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆਪਣੇ ਕੰਮ ਕੀਤੇ ਜਾ ਰਹੇ ਨੇ ਪਰ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਹਾਸਲ ਹੋਈ ਹੈ ਜਦੋਂ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਤੇ ਗੋਲੀਆਂ ਚਲਾਉਣ ਵਾਲੇ ਦੋ ਸ਼ੂਟਰਾਂ ਨੂੰ ਕਾਬੂ ਕਰ ਲਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਹੋਇਆ ਇਹ ਉਹ ਲੋਕ ਨੇ ਜਿਹੜੇ ਸਿੱਧੂ ਬੁੱਸੇ ਵਾਲਾ ਦੇ ਕਤਲ ਦੇ ਵਿੱਚ ਲੋੜੀਂਦੀ ਸੀ ਪੰਜਾਬ ਪੁਲਿਸ ਆਪਣੇ ਤਰੀਕੇ ਨਾਲ ਲੱਗੀ ਰਹੀ ਪਰ ਮੋਰਚਾ ਦਿੱਲੀ ਦੀ ਸਪੈਸ਼ਲ ਬ੍ਰਾਂਚ ਨੇ ਹਸਲ ਕੀਤਾ ਉਹਨਾਂ ਦੇ ਸੀਨੀਅਰ ਕਮਿਸ਼ਨਰ ਨੇ ਐਚਜੀ 47 ਬਾਲ ਸਾਹਿਬ ਉਹਨਾਂ ਨੇ ਅੱਜ ਮੀਡੀਆ ਦੇ ਨਾਲ ਖੁਲਾਸਾ ਕੀਤਾ ਔਰ ਸਾਰਾ ਬਿਆਨ ਕੀਤਾ ਕਿ ਕਿਵੇਂ ਕਿਵੇਂ ਵਾਪਰਿਆ ਕੁਝ ਗੱਲਾਂ ਉਹੀ ਨੇ ਕਿ ਆ ਕੇਕੜਾ ਸੀ ਜਿਹੜਾ ਇਹ 골ਡੀ ਬ੍ਰਾਡ ਦੇ ਸੰਪਰਕ ਸੀ ਤੇ ਹੁਣ ਗੱਲ ਕਲੀਅਰ ਹੋ ਗਈ ਹੈ ਕਿ ਸਿੱਧੂ ਮੂਸੇ ਵਾਲੇ ਨੂੰ ਮਰਵਾਉਣ ਵਾਲਾ ਕੇਕੜਾ ਹੀ ਸੀ ਦਿੱਲੀ ਦੀ ਸਪੈਸ਼ਲ ਬ੍ਰਾਂਚ ਦੇ ਕਮਿਸ਼ਨਰ ਧਾਲੀਵਾਲ ਸਾਹਿਬ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਤਿੰਨ ਘਟਨਾਵਾਂ ਵਾਪਰੀਆਂ ਜਿਹੜਾ ਵਿੱਕੀ ਮਿੱਡੂ ਖੇੜਾ ਉਹਦੇ ਸ਼ਰਪ ਸ਼ੂਟਰ ਵੀ ਦਿੱਲੀ ਦੇ ਸਪੈਸ਼ਲ ਸੈਲਾਂ ਨੇ ਫੜੇ ਸੰਦੀਪ ਅੰਬੀਆਂ ਦੰਗਲ ਦਾ ਕਤਲ ਹੋਇਆ ਉਹ ਸ਼ਰਪ ਸ਼ੂਟਰ ਵੀ ਦਿੱਲੀ ਪੁਲਿਸ ਨੇ ਫੜੇ ਤੇ ਪੰਜਾਬ ਦੀ ਪੁਲਿਸ ਕਾਦੇ ਵਾਸਤੇ ਰੱਖੀ ਵੀ ਆ ਫਿਰ ਇਹ ਬਿਨਾ ਮਤਲਬ ਤੋਂ ਚੱਡੇ ਪਾੜੀ ਜਾਂਦੀਆਂ ਲੋਕਾਂ ਦੇ ਜਿਨ੍ਹਾਂ ਬਿਉਂਤਬੰਦੀ ਨਾਲ ਦਿੱਲੀ ਦੇ ਸਪੈਸ਼ਲ ਸੈਲਾਂ ਨੇ ਕੰਮ ਕੀਤਾ ਹੈ ਗੱਲ ਉਥੇ ਹੀ ਤਰੀ ਹੈ ਜਿਹੜਾ 25 ਮਈ ਨੂੰ ਬਲੈਰੋ ਦੇ ਵਿੱਚ ਫਤਿਹਬਾਦ ਦੇ ਇੱਕ ਪੰਪ ਤੋਂ ਤੇਲ ਪੋਇਆ ਗਿਆ ਸੀ। ਉਸ ਸਬੰਧ ਦੇ ਵਿੱਚ ਦਿੱਲੀ ਪੁਲਿਸ ਨੇ ਉਦੋਂ ਹੀ ਉਹਨਾਂ ਦੀਆਂ ਫੋਟੋਆਂ ਜਾਰੀ ਕਰਤੀਆਂ ਸੀ। ਕਿ ਇਹਨਾਂ ਦੇ ਵਿੱਚ ਸੋਨੀ ਪੱਤ ਦਾ ਇਹ ਜਿਹੜਾ ਪ੍ਰਿਆਵੰਸ਼ ਫੌਜੀ ਹੈ। ਇੱਕ ਤਾਂ ਇਹ ਸ਼ਾਮਲਾ ਇਹ 골ਡੀ ਬਰਾਡ ਦੇ ਸੰਪਰਕੀ ਛੇ ਸ਼ੂਟਰ ਸੀ। ਦੋ ਮਰੀਉਲਾਂ 'ਚ ਕੰਮ ਕਰਦੇ ਸੀ ਬਲੈਰੋ ਦੀ ਇਹ ਜਿਹੜਾ ਫੌਜੀ ਹੈ। ਉਹਨੂੰ ਇਹ ਕਰਦਾ ਸੀ ਅੰਕਿਤ ਸ਼ਰਮਾ ਦੀਪਕ ਮੁੰਡੀ ਤੇ ਦੂਜੀ ਦੇ ਵਿੱਚ ਜਿਹੜੇ ਬੈਠੇ ਸੀ ਕਰੋਲਾ ਚੋ ਰੂਪਾ ਜਿਹੜਾ ਗੱਡੀ ਨੂੰ ਚਲਾ ਰਿਹਾ ਸੀਗਾ ਮੰਨੂ ਤੇ ਹੋਰ ਇੱਕ ਕੋਈ ਹੈਗਾ ਹੋਰ ਬੰਦਾ ਹੈਗਾ ਉਹਨੂੰ ਉਹਨਾਂ ਨੇ ਦੱਸਿਆ ਪ੍ਰੀਆਮੰਤ ਫੌਜੀ ਕੇਸ਼ਵ ਤਕਸ਼ਸ਼ ਇਹ ਅੱਜ ਇਹ ਕੱਲ੍ਹ ਫੜ ਲਏ ਨੇ ਉਹਨਾਂ ਨੇ ਗੁਜਰਾਤ ਦੀ ਇੱਕ ਮudra port ਉਹਦੇ ਬਿਲਕੁਲ ਨੇੜੇ ਇੱਕ ਮਕਾਨ ਦੇ ਵਿੱਚ ਰਹਿ ਰਹੇ ਸਨ ਹੈਰਾਨੀ ਹੁਣ ਐਸ ਗੱਲ ਦੀ ਹੈ ਕਿ ਮਾਨਸਾ ਦੇ ਵਿੱਚ ਕਤਲ ਕੀਤਾ ਫਤਿਹਬਾਦ ਰਹੇ ਉੱਥੋਂ ਇਹ ਗੁਜਰਾਤ ਪਹੁੰਚਣ ਚ ਕਾਮਯਾਬ ਹੋ ਗਏ ਐਡਾ ਹੀ ਫਰਪੇਲ ਕੰਮ ਹੋਵੇ ਤੇ ਇਹ ਹਥਿਆਰਾਂ ਦਾ ਜ਼ਖੀਰਾ ਜਿਹਦੇ ਵਿੱਚ ਗ੍ਰਨੇਡ ਵੀ ਸ਼ਾਮਲ ਨੇ AK47 ਵੀ ਸ਼ਾਮਲ ਹੈ ਹਲੇ ਇਹ ਨਹੀਂ ਪਤਾ ਲੱਗਿਆ ਕਿ AK47 ਇਹਨਾਂ ਨੇ ਲਿਆਂਦੀ ਕਿੱਥੋਂ ਸੀ ਉਸ ਵੇਲੇ ਕੋਈ AK74 ਦੀ ਗੱਲ ਕਰਦਾ ਸੀ ਜਾਂ AN94 ਦੀ ਗੱਲ ਕਰਦਾ ਸੀ ਇਥੇ ਸਭ ਹਵਾਜਤ ਤਲਵਾਰਾਂ ਸੀਗੀਆਂ ਔਰ ਦਿੱਲੀ ਦੇ ਸਪੈਸ਼ਲ ਸਾਲ ਨੇ ਜੋ ਕਰ ਦਿਖਾਇਆ ਉਹ ਬਹੁਤ ਹੀ ਸਲਾਮਯੋਗ ਹੈ ਉਹਨਾਂ ਨੇ ਪਹਿਲਾਂ ਇਹਨੂੰ ਲਾਰੈਂਸ ਬਸ਼ਰ ਉਹ ਇਹਨੂੰ ਕਾਬੂ ਕੀਤਾ ਉਹ ਤੋਂ ਕਾਫੀ ਕੁਝ ਬਰਾਮਦ ਕੀਤਾ ਉਹ ਤੋਂ ਕਾਫੀ ਕੁਝ ਗੱਲਾਂ ਅੱਗੇ ਤੋਰੀਆਂ ਲੇਕਿਨ ਉਹਨਾਂ ਨੇ ਜਿਵੇਂ ਜਦੋਂ ਭਾਖੜਾ ਨਹਿਰ ਕੱਢੀ ਗਈ ਸੀ ਤਾਂ ਕਾਮਰੇਡਾ ਨੇ ਤੇ ਨਾਰਾ ਦਿੱਤਾ ਇਹ ਭਾਖੜਾ ਨਹਿਰ ਕੱਢ ਲਈ ਪਾਣੀ ਫੋਕਾ ਇੱਥੇ ਲਿਆਂਦਾ ਵਿੱਚ ਬਿਜਲੀ ਕੱਢ ਲਈ ਤੇ ਜਿਹੜੀ ਇਹ ਦਿੱਲੀ ਦਾ ਸਪੈਸ਼ਲ ਸੈੱਲ ਹੈ ਇਹਨਾਂ ਨੇ ਵੀ ਉਹੀ ਕੀਤਾ ਲਾਰੈਂਸ ਬੁਸ਼ਰੋਈ ਨੂੰ ਪੰਜਾਬ ਵਾਲੇ ਲਿਆਏ ਸਾਰਾ ਕੁਝ ਜਿਹੜਾ ਚੋਂਦਾ ਚੋਂਦਾ ਉਹਦੇ ਵਿੱਚ ਸੀ ਉਹ ਸਾਰਾ ਕੱਢ ਕੇ ਵੇਗੀ ਕਈ ਹੋਰ ਬੰਦਿਆਂ ਦੇ ਨਾਮ ਵੀ ਹੁੰਦੇ ਕੋਈ ਅੰਕਿਤ ਆਉਂਦਾ ਇੱਕ ਅੰਕਿਤ ਸ਼ਰਮਾ ਦੀਪਕ ਮੁੰਡੀ ਇਹ ਵਗੈਰਾ ਵਗੈਰਾ ਰੂਪਾ ਜਗਰੂਪ ਰੂਪਾ ਜੀ ਦੀ ਮਾਂ ਨੇ ਕਹਿਤਾ ਸੀ ਕਿ ਜਿੱਥੇ ਮਿਲਦਾ ਗੋਲੀ ਮਾਰ ਦਿਓ। ਕੇਸ਼ ਫਤਿਹਾਬਾਦ ਦਾ ਅਲੱਗ-ਅਲੱਗ ਰੂਪ ਦੇ ਵਿੱਚ ਚੱਲੇ ਸੀ। ਖਾਰੀ ਜਗ੍ਹਾ ਜਿੱਥੇ ਮੋਦਰਾ ਪੋਰਟ ਦੇ ਨੇੜੇ ਜਿੱਥੇ ਇਹ ਇੱਕ ਪ੍ਰਾਪਰਟੀ ਡੀਲਰ ਤੋਂ ਮਕਾਨ ਲੈ ਕੇ ਰਹਿ ਰਹੇ ਸੀ। ਔਰ ਇਹਨਾਂ ਨੂੰ 19 ਤਰੀਕ ਨੂੰ ਸ਼ਾਮ ਨੂੰ ਜਾ ਕੇ ਦਬੋਚ ਲਿਆ। ਹੋ ਸਕਦਾ ਹੈ ਦਬੋਚ ਤਾਂ ਪਹਿਲਾਂ ਹੀ ਲਏ ਹੋਣ ਕਿਉਂਕਿ ਪਤਾ ਲੱਗ ਗਿਆ ਸੀ ਸੋਨੀ ਪੁੱਤ ਆਲਾ ਜਿਹੜਾ ਪ੍ਰਿਆਵੰਤ ਫੌਜੀ ਹੈ। ਕਿ ਕਤਾ ਉਹ ਚਾਮਲ ਹੈ ਇਹ ਅੰਕਤ ਹੈ ਇਹ ਪੁਰਾਣੇ ਪਾਪੀ ਨੇ ਇਸ ਤਰ੍ਹਾਂ ਦੇ ਕੰਮਾਂ ਦੇ ਮਸ਼ਹੂਰ ਨੇ ਇਹ ਜੇ ਵੀ ਗੱਲ ਕਿਸੇ ਵਿੱਚ ਵਿਚਚਵਾਲੇ اٹਕੀ ਹੋਈ ਹੈ ਕਿ ਉੱਥੋਂ ਤੱਕ ਦੀ ਰਹਿਕੀ ਕਿ ਕਿਨੇ ਕਿਨੇ ਕਲਾ ਕੇਕੜਾ ਨਹੀਂ ਨਾ ਕੁਝ ਕਰ ਸਕਦਾ ਕੇਕੜੇ ਦੇ ਜੁੱਤੀਆਂ ਵੀ ਪੈ ਗਈਆਂ ਮੁਕਸਰ ਦੀ ਜੇਲ੍ਹ ਚ ਕੈਦੀਆਂ ਨੇ ਢਾਲਿਆ ਕੱਲ ਨੂੰ ਇਹਨੂੰ ਮੂ ਲਾਰੈਂਸ ਮਿਸ਼ਨੋਈ ਦੀ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਨਾ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਆ ਵੀ ਅਸਲ ਤਾਂ ਸਾਰਾ ਕੁਝ ਲੱਭ ਲਿਆ ਉਹਨਾਂ ਨੇ ਤੇ ਹੁਣ ਲਾਰਸ ਸੁਪਿਸ਼ਨੋਈ ਤੋਂ ਕੱਢਣਾ ਕੀ ਹੈਗਾ ਇਹਨੂੰ ਕੱਲੂ ਪੇਸ਼ ਕਰਨਗੇ ਅਦਾਲਤ ਦੇ ਵਿੱਚ ਪਹਿਲਾਂ ਉਹ ਇਹਨਾਂ ਸਾਰੇ ਸ਼ਾਰਪ ਸ਼ੂਟਰਾਂ ਤੇ ਪੁੱਛਗਿੱਛ ਕਰ ਰਹੇ ਨੇ ਉਦੋਂ ਬਾਅਦ ਕਿਉਂਕਿ ਪਰਚਾ ਪੰਜਾਬ 'ਚ ਦਰਜ ਹੋਇਆ ਹੈ ਅਗਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵੀ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਪੰਜਾਬ ਦੇ ਵਿੱਚ ਆਵੇਗੀ ਜੀ ਦਿਲੋਜੀ ਐਡਵੋਕੇਟ ਧਾਮੀ ਨੇ ਕਾਬਲ ਚ ਅਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਪਾਇ ਸੁਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦੇ ਨਾਲ ਇੱਕ ਮੈਂ ਹੋਰ ਇਸ ਤੋਂ ਪਹਿਲਾਂ ਖਬਰ ਦਾ ਜ਼ਿਕਰ ਕਰ ਦਿਆਂ ਰੀਨਾ ਜੀ ਇੱਕ ਖਬਰ ਇਹ ਹੈ ਕਿ ਪਰਮਾਣੂ ਦੇ ਕੋਲ ਇੱਕ ਟਿੰਬਲ ਟ੍ਰੇਲ ਹੈ ਜਿਹੜੀ ਬਿਲਕੁਲ ਸੜਕ ਦੇ ਕੋਲੋਂ ਰਾਸਤੇ ਦੇ ਰੋਪ ਜੋ ਰਸੇ ਦੇ ਉੱਤੇ ਉਹ ਟ੍ਰੇਨ ਚੱਲਦੀ ਹੈ ਉੱਪਰ ਇੱਕ ਰੈਸਟੋਰੈਂਟ ਬਣਿਆ ਹੋਇਆ ਹੈ ਉਹਦੇ ਤੇ ਲੈ ਕੇ ਜਾਂਦੀ ਹੈ ਕੁਝ ਸਮਾਂ ਪਹਿਲਾਂ ਕੁਝ ਦਹਾਕੇ ਸ਼ਾਇਦ 2 ਜਾਂ 3 ਦਹਾਕੇ ਹੋਗੇ ਹੋਣਗੇ ਉਦੋਂ ਵੀ ਇਹ ਟਿੰਬਲ ਟ੍ਰੇਲ ਰਸਤੇ ਦੇ ਵਿੱਚ ਫਸ ਗਈ ਸੀ ਕੁਝ ਲੋਕਾਂ ਨੂੰ ਰਾਤ ਵੀ ਉੱਥੇ گزارਣੀ ਪਈ ਸੀ ਉਹਦੇ ਵਿੱਚ ਅੱਜ ਵੀ ਇਹ 6 ਘੰਟੇ ਦੇ ਕਰੀਬ 10 ਦੇ ਕਰੀਬ ਔਰਤਾਂ ਤੇ ਮਰਦ ਉਹਦੇ ਵਿੱਚ ਫਸੇ ਰਹੇ ਕਹਿ ਰਿਹਾ ਕਿ ਇੱਕ ਜਾਂ ਦੋ ਪਰਿਵਾਰ ਸੀ ਜਿਹੜੇ ਦਿੱਲੀ ਸਾਈਡ ਤੋਂ ਆਏ ਸੀ ਤਾਂ ਜਿਹੜੀ ਵਿਸ਼ੇਸ਼ ਟੀਮ ਹੈ ਉਹਨਾਂ ਨੇ ਆਪਣੀ ਜਾਨ ਤਾਂ ਜੋਖਮ 'ਚ ਪਾਈ ਪਾਈ ਤੇ ਉਹਨਾਂ ਸਾਰਿਆਂ ਨੂੰ ਰੱਸੀ ਦੇ ਰਸਤੇ ਇੱਥੇ ਉਤਾਰ ਲਿਆਂਦਾ ਇਹ ਸਿਸਟਮ ਇਸ ਕਿਸਮ ਦਾ ਹੁੰਦਾ ਦੋ ਹੱਥ ਉੱਪਰ ਕਰ ਲਏ ਜਾਂਦੇ ਨੇ ਤੇ ਜਿਹੜੀ ਤੁਹਾਡੀ ਛਾਤੀ ਹੈ ਇਹ ਸਾਰੇ ਨੂੰ ਬੈਲਟ ਨਾਲ ਬੰਨ ਦਿੱਤਾ ਜਾਂਦਾ ਹੈ ਹੱਥ ਤਾਂ ਕਦੇ ਵੀ ਛੁੱਟ ਸਕਦੇ ਆ ਲੇਕਿਨ ਜਦੋਂ ਤੁਸੀਂ ਉਹ ਉੱਪਰ ਥਪਾਏ ਹੁੰਦੇ ਆ ਬਾਡੀ ਦਾ ਜਿਹੜਾ ਬੈਲੈਂਸ ਆ ਬਿਲਕੁਲ ਠੀਕ ਰਹਿੰਦਾ ਹੈ ਉਹਨਾਂ ਨੇ ਤਕਰੀਬਨ ਸਾਰਿਆਂ ਨੂੰ ਹੀ ਕੱਢ ਲਿਆ ਇੱਕ ਦਾ ਰਹਿ ਗਿਆ ਹੁਣੇ ਇਹਦੇ ਨਾਲ ਸਾਰੇ ਬਚ ਗਏ ਔਰ ਜਿਹੜੀ ਟੀਮ ਨੇ ਇਹ ਰੈਸਕਿਊ ਕੀਤਾ ਹੈ ਉਹ ਟੀਮ ਦੇ ਜਵਾਨ ਪ੍ਰਸ਼ੰਸਾ ਦੇ ਪਾਤਰ ਨੇ ਇੱਕ ਲੰਬੇ ਸਮੇਂ ਤੋਂ ਬਾਅਦ ਫੇਰੇ ਘਟਰਾ ਵਾਪ੍ਰੀਏ ਬਾਰ-ਬਾਰ ਵਾਪਰਦਿਆਂ ਕਿਉਂ ਨਹੀਂ ਜਿਹੜੀ ਇਸ ਅ ਟੂਰਿਜ਼ਮ ਦੇ ਨਾਲ ਇਹ ਸੰਬੰਧਤ ਹੈ ਉਹਦਾ ਜਿਹੜਾ ਸਪੈਸ਼ਲ ਸੈੱਲ ਹੈ ਖਾਸ ਕਰ ਉਹ ਸੈੱਲ ਜਿਹੜਾ ਇਸ ਟਰੋਲੀਆਂ ਨੂੰ ਚਲਾਉਂਦਾ ਹੈ ਉਹਨਾਂ ਦੀ ਗਲਤੀ ਕਿੱਥੇ ਹੋਈ ਹੈ ਇਹ बार-बार ਕਿਉਂ ਵਾਪਰਦੇ ਨੇ ਕੀ ਇਹਨਾਂ ਟਰੋਲੀਆਂ ਦੀ ਸਮੇਂ ਸਿਰ ਜਾਂਚ ਨਹੀਂ ਹੁੰਦੀ ਜਾਂ ਸਰਕਾਰਾਂ ਵੱਲੋਂ ਸਮੇਂ ਸਿਰ ਇਹਨਾਂ ਦੀ ਜਿਹੜੀ ਜਾਂਚ ਪੜਤਾਲ ਹੈ ਉਹਦੇ ਲਈ ਬਜਟ ਹੀ ਨਹੀਂ ਜਾਰੀ ਹੁੰਦਾ ਪੈਸੇ ਤੁਸੀਂ ਹਰ ਰੋਜ਼ ਹਜ਼ਾਰਾਂ ਚ ਬਣਾਉਨੇ ਹੋ ਉਹਦਾ ਦਸਵੰਤ ਵੀ ਨਹੀਂ ਖਰਚਦੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਇਹਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ ਜੀ ਜੀ ਥਿਲੋ ਜੀ ਗੱਲ ਕੀਤੀ ਹੈ ਹਾਂ ਗੱਲ ਕੀਤੀ ਹੈ ਤੁਸੀਂ ਦੂਜੀ ਅਫਗਾਨਿਸਤਾਨ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਹਦੇ ਵਿੱਚ ਭਾਈ ਸ਼ਵਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਉਸ ਮੌਤੇ ਅਫਸੋਸ ਕਰਨ ਵਾਸਤੇ ਉਹਨਾਂ ਦੇ ਗੁਰਦੁਆਰਾ ਗੁਰੂ ਅਰਜਨ ਦੇਵਾ ਤਲਕਨਗਰ ਦੇ ਵਿੱਚ ਉੱਥੇ ਇਹ ਸਾਡੇ ਐਡਵੋਕੇਟ ਧਾਮੀ ਸਾਹਿਬ ਵੀ ਗਏ ਨੇ ਉਹਨਾਂ ਨੇ ਨਖੇਦੀ ਵੀ ਕੀਤੀ ਹੈ ਨਾਲ ਭਾਰਤ ਸਰਕਾਰ ਨੂੰ ਆਖਿਆ ਕਿ ਜਿਹੜੇ ਲੋਕ ਉੱਥੇ ਰਹਿ ਗਏ ਹਾਲਾਂਕਿ ਭਾਰਤ ਸਰਕਾਰ ਨੇ 100 ਬੰਦਿਆਂ ਨੂੰ ਈ-ਵੀਜ਼ਾ ਸ਼ੁਰੂ ਕਰਤਾ ਹੈ ਜਿਹੜਾ ਕੋਈ ਬਾਕੀ ਵੀ ਰਹੇਗਾ ਉਹਨਾਂ ਸਾਰਿਆਂ ਨੂੰ ਸੁਰੱਖਤ ਭਾਰਤ ਦੀ ਧਰਤੀ ਤੇ ਤੁਰੰਤ ਲਿਆਂਦਾ ਜਾਵੇ ਤਾਂ ਜੋ ਹੋਰ ਕੋਈ ਜਾਨੀ ਨੁਕਸਾਨ ਨਾ ਹੋਵੇ ਜੀ ਇਲੋਜੀ ਸੰਗਰੂਦੀ ਜਿਮਨੀ ਚੌਣੋਂ ਲੈ ਕੇ ਸਿਆਸੀ ਖਾੜਾ ਖੋਪਾ ਖਿਆ ਹੈ ਉੱਥੇ ਦੇਖਿਆ ਜਾ ਰਿਹਾ ਹੈ ਕਿ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਭਵਾਨੀਗੜ੍ਹ ਦੇ ਨਾਂ ਲੱਗਦੇ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਜਿਸ ਦੌਰਾਨ ਉਹਨਾਂ ਨੇ ਬੀਬੀ ਕਮਲਦੀਪ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਉੱਥੇ ਹੀ ਆਮ ਆਦਮੀ ਪਾਰਟੀ ਤੇ ਵੀ ਵੱਡੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਕੋਈ ਵੀ ਕੰਮ ਨਹੀਂ ਕੀਤਾ ਕਾਨੂੰਨ ਵਿਵਸਥਾ ਵੀ ਫੇਲ ਹੋ ਚੁੱਕੀ ਹੈ ਇਸ ਤਰੀਕੇ ਦੇ ਵੱਡੇ ਇਲਜ਼ਾਮ ਲਗਾਏ ਗਏ ਨੇ ਦੇਖੋ ਹਰ ਬੰਦੇ ਨੇ ਆਪੋ ਆਪਣੇ ਤਰੀਕੇ ਨਾਲ ਪ੍ਰਚਾਰ ਕਰਨਾ ਹੈ ਅੱਜ ਪ੍ਰਚਾਰ ਸ਼ਿਕਰ ਤੇ ਆ ਕੱਲ ਨੂੰ 21 ਤਰੀਕ ਹੂੰ ਕੱਲ ਨੂੰ 5 ਵਜੇ ਇਹ ਚੋਣ ਪ੍ਰਚਾਰ ਬੰਦ ਹੋ ਜਾਣਾ ਤੇ 23 ਤਰੀਕ ਨੂੰ ਵੋਟਾਂ ਪੈਣਗੀਆਂ ਜੀ ਅੱਜ ਜਿੱਥੇ ਰੋਡ ਸ਼ੋਅ ਕੱਢੇ ਜਾ ਰਹੇ ਨੇ ਖਾਸ ਕਰ ਬਰਨਾਲੇ ਦੇ ਇਲਾਕੇ ਦੇ ਵਿੱਚ ਸਰਦਾਰ ਸਮਰਜੀਤ ਸਿੰਘ ਮਾਨ ਦਾ ਰੋਡ ਸ਼ੋਅ ਸੀ ਧੂਰੀ ਇਲਾਕੇ ਦੇ ਵਿੱਚ ਭਗਵੰਤ ਸਿੰਘ ਮਾਨ ਦਾ ਰੋਡ ਸ਼ੋਅ ਸੀ ਕਈ ਖੇਤਰਾਂ ਦੇ ਵਿੱਚ ਹੋਰ ਪਤਾ ਲੱਗਿਆ ਕਿ ਕੇਜਰੀਵਾਲ ਸਾਹਿਬ ਵੀ ਅੱਜ ਪੰਜਾਬ ਦੀ ਫੇਰੀ ਤੇ ਸਨ ਹਰ ਬੰਦਾ ਆਪੋ ਆਪਣੀ ਪਾਰਟੀ ਵਾਸਤੇ ਜੋਰ ਲਾਉਂਦਾ ਹੈ ਤੇ ਉੱਥੇ ਸੁਖਵੀਰ ਸਿੰਘ ਬਾਦਲ ਜੀ ਆ ਪਵਾਨੀਗੋੜ ਦੇ ਕੋਲ ਪਿੰਡਾਂ ਵਿੱਚ ਆਏ ਹੋਏ ਸੀ ਉਹ ਕਹਿੰਦੇ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ ਕੱਖਣੀ ਕੀਤਾ ਇਹਨਾਂ ਨੇ ਆਮਨ ਕਾਨੂੰਨ ਦੀ ਸਥਿਤੀ ਡਗਮਗਾ ਗਈ ਹੈ ਦੂਜਿਆਂ ਨੂੰ ਕਹਿਣਾ ਬਹੁਤ ਸੌਖਾ ਹੈ ਪਰ ਬਾਦਲ ਸਾਹਿਬ ਤੁਹਾਡੇ ਤਾਂ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਚੋਰੀ ਹੋ ਗਏ ਸੀ ਅਜੇ ਤੱਕ ਉਹਨਾਂ ਦਾ ਕੇਸ ਕਿਸੇ ਪਾਸੇ ਨਹੀਂ ਲੱਗਿਆ ਤੁਹਾਡੀ ਡੀਜੀਪੀ ਉਹ ਬੰਦਾ ਲਾਇਆ ਸੀ ਜਿਹੜਾ ਸਿੱਖਾਂ ਦੇ ਨੌਜਵਾਨਾਂ ਦਾ ਕਾਤਲ ਹੈ ਤੇ ਤੁਹਾਡੇ ਉਸ ਡੀਜੀਪੀ ਨੇ ਇਸੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰਕ ਮੈਂਬਰਾਂ ਨਾਲ ਕੀ ਕੀਤਾ ਹੈ ਇਹਦਾ ਵੀ ਜਵਾਬ ਦੇ ਦਿਓ ਤੇ ਜਿਹੜੇ ਸਵਾਲ ਤੁਹਾਡੇ ਤੇ ਭਾਈ ਰਣਜੀਤ ਸਿੰਘ ਚੁੱਕ ਰਹੇ ਨੇ ਉਹਦੇ ਵੀ ਅਜੇ ਤੁਹਾਨੂੰ ਜਵਾਬ ਦੇਣੇ ਚਾਹੀਦੇ ਤੁਸੀਂ ਤਾਂ ਮਾਨ ਸਾਹਿਬ ਦੇ ਪਿੱਛੇ ਪੈ ਗਏ ਅਜੇ ਸਰਕਾਰ ਬਣੀ ਨੂੰ 3 ਮਹੀਨੇ ਹੋਏ ਨੇ ਤੇ ਤੁਹਾਡੇ ਪਿਤਾ ਸ਼੍ਰੀ ਪੰਜਵਾਰ ਮੁੱਖ ਮੰਤਰੀ ਰਹੇ ਨੇ ਉਹਨਾਂ ਦੀਆਂ ਉਪਲਬਧੀਆਂ ਵੀ ਗਿਣਾ ਦਿਓ ਤੇ ਜਿਹੜੇ ਇਲਜ਼ਾਮ ਭਾਈ ਰਣਜੀਤ ਸਿੰਘ ਤੇ ਹੋਰ ਸਖੇ ਜਥੇਬੰਦੀਆਂ ਤੁਹਾਡੇ ਤੇ ਲਾਉਂਦੇ ਨੇ ਉਦੇ ਬਾਰੇ ਵੀ ਜਾਣਕਾਰੀ ਦਿਓ ਭਗਵੰਤ ਸਰਕਾਰ ਤੇ ਤੰਜ ਕਸਣਾ ਤੁਹਾਡਾ ਬਿਲਕੁਲ ਰਾਈਟ ਹੈ ਕਿਉਂਕਿ ਤੁਸੀਂ ਵਿਰੋਧੀ ਤਰਚੋਂ ਪਰ ਜਿਹੜੀਆਂ ਚੀਜ਼ਾਂ ਆਪਣੇ ਵੇਲੇ ਦੀ ਸਰੇ ਚੜੀਆਂ ਕਦੇ ਉਹਦਾ ਵੀ ਚਾਨਣਾ ਪਾ ਦਿਆ ਕਰੋ ਇਹ ਸਾਰੀਆਂ ਪ੍ਰਾਸਿਪਾਰਟੀਆਂ ਦੀ ਫਿਤਰਤ ਹੈ ਕਿ ਦੂਜੇ ਵੱਲ ਉਂਗਲ ਛੇਤੀ ਚੱਕਦੇ ਨੇ ਆਪ ਦੀਆਂ ਜਿਹੜੀਆਂ ਫੇਲਰ ਨੇ ਆਪ ਦੀਆਂ ਅੰਗੈਲੀਆਂ ਨੇ ਆਪ ਜਿਹੜਾ ਕੁਝ ਕੀਤਾ ਉਹਦੇ ਤੇ ਕਦੇ ਜਾਣਕਾਰੀ ਦਿੰਦੇ ਹੀ ਨਹੀਂ ਭਾਵੇਂ ਕਾਂਗਰਸ ਹੈ ਅਕਾਲੀ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਅਕਾਲੀ ਦਲ ਅੰਮ੍ਰਿਤਸਰ ਜਾਂ ਕੋਈ ਹੋਰ ਹੈ ਕਦੇ-ਕਦੇ ਆਪਣੇ ਬਾਰੇ ਵੀ ਜਾਣਕਾਰੀ ਦਿਆ ਕਰੋ ਜੀ ਟਰੋਜੀ ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਬੇ ਏ ਸੰਜਸਪਾਸ ਸਿੰਘ ਢਿੱਲੋਂ ਜੀ ਜਿਨ੍ਹਾਂ ਨੇ ਕਿਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਐਨਾਂ ਹੀ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ